ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਟੀਵੀ ਦੇਖ ਰਹੇ ਸਾਰੇ ਸਰੋਤਨ ਹਾਂ ਜੀ ਆਇਆਂ ਨੂੰ ਪੂਰੇ ਦੇਸ਼ ਦੇ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਇੰਨੇ ਘਟ ਹੋ ਸਕਦੇ ਹਨ ਤੇਲ ਦੇ ਰੇਟ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਜਣਨੇ ਚਾਹ ਰਹੇ ਹੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਮਾਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਸੋਲਵੈਂਟ ਐਕਸਚੇਂਜਰਸ ਐਸੋਸੀਏਸ਼ਨਸ ਆਫ ਇੰਡੀਆ ਨੇ ਸੋਮ ਨੂੰ ਆਪਣੇ ਮੈਂਬਰਨ ਨੂੰ ਤੇਲ ਦੀਆਂ ਕੀਮਤਾਂ ਨੂੰ ਤੁਰੰਤ ਪ੍ਰਭਾਵ ਨਾਲ 3 ਤੋਂ 5 ਰੁਪਏ प्रति किलोग्राम कटौती अपील कीती है यह दूसरी बार है जो इंडस्ट्री बाय डीम ने अजय अपील, अपील की थी पिछले बार उन्होंने दिवाली ਦੇ आले-ਦwale अजय अपील की थी साथ से कि भारत अपनी जरूरत ਅਨੁਸਾਰ ਖਾਣ ਵਾਲੇ ਤੇਲ ਦੇ ਵਿੱਚ 60% ਤੋਂ ਜ਼ਿਆਦਾ ਦਰਾਮਦ ਕਰਦਾ ਹੈ ਖਾਣ ਵਾਲੇ ਤੇਲ ਦੀਆਂ ਘਰੇਲੂ ਪਰਚੂਨ ਕੀਮਤਾਂ ਨੂੰ ਕਾਬੂ ਰੱਖਣ ਲਈ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ ਤੋਂ ਪਾਮ ਤੇਲ ਦੇ ਦਰਾਮਦ ਡਿਊਟੀ ਘਟਾਉਣ ਦੇ ਲਈ ਨਾਲ ਨਾਲ ਸਟਾਕ ਲਿਮਿਟ ਵਰਗੇ ਕਦਮ ਚੁੱਕੇ ਹਨ ਹਾਲਾਂਕਿ ਇਹ ਕਦਮ ਚੁੱਕੇ ਜਾਣ ਤੋਂ ਬਾਵਜੂਦ ਦੇਸ਼ਤੀ ਵਿੱਚ ਔਸਤ ਪਰਚੂਨ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਬਨੀਆਂ ਹੋਈਆਂ ਹਨ। ਐਸਸੀਨਿਕ ਬਿਆਨ ਵਿੱਚ ਕਿਹਾ ਕਿ ਖਾਣ ਵਾਲੇ ਤੇਲ 'ਚ ਨਰਮੀ ਦਾ ਫਿਲਹਾਲ ਕੋਈ ਸੰਕੇਤ ਨਹੀਂ ਦਿਖਾਈ ਦੇ ਰਿਹਾ। ਇੰਡੋਨੇਸ਼ੀਆ ਵਰਗੇ ਕੁਝ ਬਰਾਮਦਕਾਰ ਦੇਸ਼ਾਂ ਨੇ ਵਿਲੈਸੈਂਸ ਰਾਹੀਂ ਪਾਮ ਤੇਲ ਨੂੰ ਬਰਾਮਦ ਨੂੰ ਨਿਯਮਤ ਕਰਨਾ ਸ਼ੁਰੂ ਕੀਤਾ ਹੈ। ਖਬਰਾਂ ਲਾਸਤ ਦੇਖੋ।